ਵਿੱਤ ਸਮੇਂ ਪੰਜਾਬ ਸਰਕਾਰ ਵੱਲੋਂ ਜਿਹੜਾ ਅਸਲਾ ਲਾਇਸੈਂਸ ਹੋਲਡਰ ਹੋਲਡਰਾਂ ਦੀ ਜੋ ਆ ਰੀਚੈਕਿੰਗ ਤੇ ਜੋ ਆਰਡਰ ਕੱਢੇ ਗਏ ਸੀ ਉੱਥੇ ਹੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਅੰਮ੍ਰਿਤਸਰ ਦੇ ਜੋ ਡੀਸੀਪੀ ਲੋਅਰ ਐਂਡ ਆਰਡਰ ਪ੍ਰਮੇਂਦਰ ਸਿੰਘ ਭੰਡਾਲ ਨੇ ਜੋ ਸਾਡੇ ਨਾਲ ਮੌਜੂਦ ਨੇ ਤੇ ਗੱਲ ਕਰਦੇ ਹਾਂ ਕਿ ਹੁਣ ਤੱਕ ਕੀ ਅਪਡੇਟ ਆ ਜੋ ਅੰਮ੍ਰਿਤਸਰ ਸ਼ਹਿਰ ਦੀ ਖਾਸ ਕਰਕੇ ਗੱਲ ਕਰ ਲਈ ਦਿੱਤਾ ਕੀ ਅਪਡੇਟ ਆ ਜੀ ਸਰ ਸਵਾਗਤ ਹੈ ਜਗਵੰਨ ਟੀਵੀ ਤੇ ਧੰਨਵਾਦ ਜੀ ਸਰ ਗੱਲ ਕਰ ਲਈਏ ਸਰਕਾਰ ਵੱਲੋਂ ਆਰਡਰ ਕੱਢੇ ਗਏ ਸੀ ਕਿ ਰੀਚੈਕ ਹੋਣਗੇ ਜਿੰਨੇ ਵੀ ਲਾਇਸੈਂਸ ਹੋਲਡਰ ਨੇ ਤੇ ਹੁਣ ਤੱਕ ਕੀ ਅਪਡੇਟ ਆ ਜੀ ਅੰਮ ਇਦੇ ਵਿੱਚ ਅਸੀਂ ਜਿੰਨੇ ਵੀ ਸਾਡੇ ਜਿਹੜੇ ਲਾਇਸੈਂਸ ਹੈਗੇ ਆ ਅਸੀਂ ਸਾਰੇ ਇਕੱوری ਰਿਵਿਊ ਕਰ ਰਹੇ ਆ ਕਿਉਂਕਿ ਆ ਕਾਫੀ 2010 ਤੋਂ ਕਮਿਸ਼ਨਟ ਬਣਿਆ ਔਰ ਜਦੋਂ ਦੇ ਇਸ ਤੋਂ ਇਲਾਵਾ ਜਿਹੜੇ ਪਿਛਲੇ ਡੀਸੀ ਆਫਿਸ ਦੇ ਵੱਲੋਂ ਬਣੇ ਆ ਉਹ ਵੀ ਔਰ ਸਾਡੇ ਵੱਲੋਂ ਜੋ ਟੋਟਲ ਜਿਹੜੇ ਕੋਈ ਕਰੀਬ 12000 ਤੋਂ ਉੱਤੇ ਆ ਉਹ ਅਸੀਂ ਜਿਹੜੇ ਵੀ ਸਾਡੇ ਹੈਗੇ ਆ ਲਾਇਸੈਂਸ ਸਾਰੇ ਇਕੱوری ਰਿਵਿਊ ਕਰ ਰਹੇ ਆ ਜੋ ਗਵਰਨਮੈਂਟ ਦੀ ਗਾਈਡਲਾਈਨ ਆ ਤੇ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਜਿੰਨਾ ਬੰਦਿਆਂ ਦੇ ਉੱਤੇ ਐਫਆਈਏ ਦਰਜ ਆ ਕਈਆਂ ਦੇ ਉੱਤੇ ਕੋਈ ਮਰਡਰ ਦਾ ਕੇਸ ਲੱਗਾ ਕਈਆਂ ਦੇ ਉੱਤੇ ਕੋਈ ਲੜਾਈ ਝਗੜੇ ਲੱਗੇ ਆ ਉਹਨਾਂ ਵਿੱਚ ਕੋਈ ਕਰੀਬ 125 ਜਿਹੜੇ ਹੈਗੇ ਆ ਲਾਇਸੈਂਸ ਜਿਹੜੇ ਮੈਂ ਸਸਪੈਂਡ ਕੀਤੇ ਆ ਔਰ ਜੋ ਥੱਲੇੋਂ ਸਾਨੂੰ ਰਿਪੋਰਟ ਐਸ ਐਚਓ ਔਰ ਸਾਡੇ ਹਲਕ ਅਫਸਰ ਦੀ ਆਉਂਦੀ ਆ ਤੇ ਨਾਲ ਹੀ ਇਹਦੇ ਵਿੱਚ 13 ਲਾਇਸੈਂਸ ਹੋ ਆ ਜਿਹੜੇ ਕੈਂਸਲ ਹੋ ਚੁੱਕੇ ਆ ਜਿਨ੍ਹਾਂ ਵਿੱਚੋਂ ਕੁਝ ਤੇ ਤਿੰਨ ਚਾਰ ਤੇ ਉਹ ਬੰਦੇ ਨੇ ਜਿਨ੍ਹਾਂ ਨੇ ਆਪਣੇ ਲੈਵਲ ਤੇ ਆਪ ਖੁਦ ਹੀ ਕਰਾਇਆ ਕੁ 올ਡ এজ ਹੋ ਗਏ ਨੇ ਔਰ ਕੁਝ ਦਸ ਹੋ ਹੋ ਨੇ ਜਿਨ੍ਹਾਂ ਦੇ ਉੱਤੇ ਜਿਹੜੀਆਂ ਜਿਹੜੇ ਜੁਰਮਾ ਉਹ ਜਿਆਦਾ ਹੈਵੀ ਲੱਗੇ ਆ ਜਿਹੜਾ ਕਰਕੇ ਅਸੀਂ ਉਹਨਾਂ ਨੂੰ ਕੈਨਸਲ ਕੀਤਾ ਇੱਕ ਸਰ ਇੱਕ ਇਹ ਵੀ ਬੜੀ ਗੱਲ ਉੱਠ ਰਹੀ ਆ ਕਿ ਜਿਨ੍ਹਾਂ ਨੇ ਫੋਟੋਜ਼ ਅਪਲੋਡ ਕੀਤੀਆਂ ਨੇ ਆਪਣੇ ਵੈਪਨਸ ਦੇ ਨਾਲ ਕੈ ਲਈ ਜਾਂ ਕਿਸੇ ਦੇ ਵੈਪਨ ਦੇ ਨਾਲ ਫੋਟੋ ਅਪਲੋਡ ਕੀਤੀ ਆਪਣੀ ਫੇਸਬੁਕ ਜਾਂ ਸੋਸ਼ਲ ਮੀਡੀਆ ਤੇ ਕਿਤੇ ਵੀ ਉਹਨਾਂ ਦੇ ਵੀ ਲਾਇਸੈਂਸ ਕੈਨਸਲ ਹੋ ਗਏ ਅਜੇ ਤੱਕ ਨਹੀਂ ਅਸੀਂ ਕੋਈ ਕੀਤੇ ਇਦਾਂ ਦੇ ਲੇਕਿਨ ਜਿਹੜੇ ਵੀ ਸਾਡੇ ਇਦਾਂ ਦੇ ਕੋਈ ਧਿਆਨ ਚ ਗੱਲ ਆਉਂਦੀ ਆ ਅਸੀਂ ਬਕਾਇਦਾ ਉਹਨਾਂ ਨੂੰ ਪਹਿਲਾਂ ਜਿਵੇਂ ਨੋਟਿਸ ਦਈਦਾ ਹੁਣ ਵੀ ਜਿਹੜੇ ਅਸੀਂ 125 ਸਸਪੈਂਡ ਕੀਤੇ ਆ ਇਹ ਸਾਰੇ ਸਸਪੈਂਡ ਕਰਨ ਤੋਂ ਬਾਅਦ ਮੇਰੇ ਵੱਲੋਂ ਨੋਟਿਸ ਕੱਢਿਆ ਗਿਆ ਉਹ ਨੋਟਿਸ ਦੇ ਜਵਾਬ ਤੋਂ ਬਾਅਦ ਹੀ ਫਿਰ ਇਹ ਕੈਨਸਲ ਹੋਣਗੇ ਔਰ ਇਹ ਮਤਲਬ ਪਹਿਲਾਂ ਐਸਚੂ ਰਿਵਿਊ ਕਰ ਰਿਹਾ ਫਿਰ ਉਸ ਤੋਂ ਬਾਅਦ ਹਲਕਾ ਅਫਸਰ ਦਾ ਰਿਵਿਊ ਹੋਊਗੀ ਫਿਰ ਉਸ ਤੋਂ ਬਾਅਦ ਮੇਰੇ ਵੱਲੋਂ ਜਿਹੜਾ ਇਹਨਾਂ ਨੂੰ ਨੋਟਿਸ ਦਿੱਤਾ ਨੋਟਿਸ ਦਾ ਜਵਾਬ ਦੇਣਗੇ ਅਗਰ ਉਹ ਜਵਾਬ ਨਹੀਂ ਦਿੰਦੇ ਫਿਰ ਤੇ ਕੈਨਸਲ ਹੋਊਗਾ ਜੇ ਕੋਈ ਜਵਾਬ ਦਿੰਦਾ ਵੀ ਮੇਰੇ ਤੇ ਜੇ ਕੋਈ ਐਫਆਈਆ ਦਰਸੀ ਉਹ ਕੈਨਸਲ ਹੋ ਚੁੱਕੀ ਆ ਜਾਂ ਮੈਨੂੰ ਕੋਈ ਥ੍ਰੈਟ ਆ ਉਹ ਅਹੀਂ ਦੁਬਾਰਾ ਇੱਕ ਵਾਰੀ ਵਿਚਾਰ ਕੀਤਾ ਜਾਊਗਾ ਲੇਕਿਨ ਬਾਕੀ ਜਿਹੜਾ ਆ ਜਿਹੜੇ ਬੰਦੇ ਬਿਨਾਂ ਮਤਲਬ ਤੋਂ ਪਰਚੇ ਦਰਜ ਹੋਣ ਤੋਂ ਬਾਅਦ ਵੀ ਰੱਖੀ ਫਿਰਦੇ ਆ ਉਹਨਾਂ ਦੇ ਅਸੀਂ ਕੈਨਸਲ ਕਰਾਂਗੇ ਸਰ ਇੱਕ ਚੀਜ਼ ਆ ਕਿ ਜਿੱਦਾਂ ਸਰਕਾਰ ਨੇ ਕਿਹਾ ਕਿ ਜਿੰਨੇ ਵੀ ਫੋਟੋ ਅਪਲੋਡ ਹੋਣਗੀਆਂ ਉਰਤੇ ਵੀ ਜਿਹੜਾ ਪਰਚਾ ਦਿੱਤਾ ਜਾਏਗਾ ਬਿੱਤੇ ਦੇ ਨਹੀਂ ਇੱਕ ਗੱਲ ਵੀ ਸਾਹਮਣੇ ਆਈ ਸੀ ਕਿ 10 ਸਾਲ ਦੇ ਬੱਚੇ ਤੇ ਪਰਚਾ ਆਇਆ ਸੀ ਬਾਅਦ ਚ ਕੈਨਸਲ ਜਿਹੜਾ ਕੀਤਾ ਗਿਆ ਕਤੂ ਨੰਗਲ ਏਰੀਆ ਦੇ ਵਿੱਚ ਤੇ ਅਗਰ ਜੇ ਅਸੀਂ ਇਹੀ ਗੱਲ ਕਰ ਲਈਏ ਤੇ ਜੋ ਪਰਚੇ ਦਰਜ ਹੋ ਰਹੇ ਆ ਉਹ ਕਿੰਨੀ ਐਸ ਤੋਂ ਲੈ ਕੇ ਕਿਉਂਕਿ ਕਈ ਬੱਚਿਆਂ ਦੀ ਵੀ ਫੋਟੋਜ਼ ਜਿਹੜੀਆਂ ਵਾਂ ਅਪਲੋਡ ਆ ਜੋ ਜ਼ਿਆਦਾਤਰ ਗੱਲ ਕਰ ਲਈ ਯੂਥ ਆ ਜੋ ਅੱਜ ਦਾ ਆਪਣਾ ਪੰਜਾਬ ਦਾ ਅੰਮ੍ਰਿਤਸਰ ਦਾ ਯੂਥ ਦੀ ਗੱਲ ਕਰ ਲਈ ਕਈਆਂ ਨੇ ਫੋਟੋਜ਼ ਅਪਲੋਡ ਕੀਤੀਆਂ ਹੁਣ ਡਰ ਦੇ ਮਾਰੇ 72 ਘੰਟੇ ਦਾ ਟਾਈ ਕਾਰੋਲ ਦਿੱਤਾ ਗਿਆ ਸੀ ਜਿਨ੍ਹਾਂ ਦੀਆਂ ਫੋਟੋ ਅਪਲੋਡ ਆ ਡਿਲੀਟ ਕਰ ਦੇ ਤੇ ਉਸ ਨੂੰ ਲੈ ਕੇ ਹੁਣ ਜਿਹੜਾ 72 ਘੰਟੇ ਤੋਂ ਬਾਅਦ ਹੁਣ ਕੀ ਕਾਰਵਾਈ ਜੇ ਕੀਤੀ ਦੇਖੋ ਜਿਹੜੇ ਪਿਛਲੇ ਦਿਨੀ ਕੁਝ ਪਰਚੇ ਦਰਜ ਹੋਏ ਆ ਉਹਦੇ ਵਿੱਚ ਮੈਂ ਇਹੋ ਕਹਿਣਾ ਚਾਹੁੰਦਾ ਗਵਰਨਮੈਂਟ ਨੇ ਔਰ ਸਾਡੇ ਡੀਜੀਪੀ ਸਾਹਿਬ ਵੱਲੋਂ ਵੀ ਇਹ ਆ ਗਿਆ ਸੀ ਵੀ ਆਪਾਂ ਤੁਹਾਨੂੰ 3 ਦਿਨ ਦਿੱਤੇ ਗਏ ਤੇ 3 ਦਿਨ ਦੇਣ ਦਾ ਮਕਸਦ ਇਹੋ ਸੀ ਵੀ ਜੇ ਕਿਸੇ ਨੇ ਵੀ ਆਪਣਾ ਕੋਈ ਸੋਸ਼ਲ ਮੀਡੀਆ ਦਾ ਜਾਂ ਕਿਤੇ ਵੀ ਪਾਇਆ ਉਹਨੂੰ ਡਿਲੀਟ ਕਰ ਦੇਣ ਅਗਰ ਡਿਲੀਟ ਕਰ ਦੇਣ ਆਪਾਂ ਇਹਨਾਂ ਕੰਮਾਂ ਦੇ ਵਿੱਚ ਕਿਉਂ ਪੈਣਾ ਡਿਲੀਟ ਕਰ ਦਿਓ ਕੋਈ ਪਰਚਾ ਨਹੀਂ ਦਰਜ ਹੋਊਗਾ ਲੇਕਿਨ ਜਿਹੜਾ ਜਾਣਬੁੱਝ ਕੇ ਫੇਰ ਪਾਉਂਦਾ ਜਾਂ ਨਹੀਂ ਕਰਦਾ ਉਹਦੇ ਤੇ ਫਿਰ ਜਿਹੜੇ ਸਖਤੀ ਨਾਲ ਕਰਵੇ ਹੋਗੇ ਕਿਉਂਕਿ ਕੁਝ 2 ਦਿਨ ਪਹਿਲਾਂ ਜੋ ਹੈ ਅੰਮ੍ਰਿਤਸਰ ਦੇ ਜੋ ਗਨ ਹਾਊਸ ਹੋਲਡਰ ਨੇ ਜੋ ਉਹਨਾਂ ਵੱਲੋਂ ਵੀ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਸੀ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਵੀ ਜਿਹੜਾ ਕਿਹਾ ਗਿਆ ਸੀ ਕਿ ਜਿਹੜੇ ਸਰਕਾਰਾਂ ਨੇ ਜਾਂ ਗੱਲ ਰਹੀ ਪ੍ਰਸ਼ਾਸਨ ਆ ਉਹਨਾਂ ਨੂੰ ਪਹਿਲਾਂ ਜੋ ਹੈ ਰਿਵਿਊ ਕਰਨਾ ਚਾਹੀਦਾ ਬਾਰ ਬਾਰ ਜੋ ਕਰਦੇ ਆ ਸਾਡਾ ਕੰਮ ਜੋ ਬੰਦ ਹੁੰਦਾ ਨਹੀਂ ਦੇਖੋ ਰਿਵਿਊ ਤੇ ਕਰਦੇ ਰਹਿੰਦੇ ਆ ਅਸੀਂ ਕੋਈ ਵੀ ਨਵਾਂ ਵੈਪਨ ਜਿਹੜਾ ਦੇਣਾ ਆ ਅਸੀਂ ਬਿਲਕੁਲ ਉਹਨੂੰ ਸ਼ਾਨਬੀਨ ਕਰਕੇ ਦਿੰਦੇ ਆ ਲੇਕਿਨ ਉਸ ਤੋਂ ਬਾਅਦ ਜਦੋਂ ਵੈਪਨ ਲਾਇਸੈਂਸ ਦੇ ਦਿੱਤਾ ਜਾਂਦਾ ਫਿਰ ਉਸ ਤੋਂ ਬਾਅਦ ਅਗਰ ਕੋਈ ਜੁਰਮ ਕਰਦਾ ਤੇ ਉਸ ਤੋਂ ਬਾਅਦ ਹੀ ਫਿਰ ਉਹਦਾ ਜਿਹੜਾ ਹੈ ਉਹ ਕੈਨਸਲ ਸਸਪੈਂਡ ਜਾਂ ਕੈਨਸਲ ਕੀਤਾ ਜਾਊਗਾ ਨਾ ਜਦੋਂ ਪਹਿਲਾਂ ਜੇ ਉਹਦੇ ਤੇ ਕੋਈ ਪਰਚਾ ਦਰਜਾ ਫਿਰ ਤੇ ਅਸੀਂ ਬਣਾਉਂਦੇ ਹੀ ਨਹੀਂਗੇ ਇਸ ਕਰਕੇ ਜਦੋਂ ਬਣਾਉਣ ਤੋਂ ਬਾਅਦ ਹੀ ਕੋਈ ਨਾ ਕੋਈ ਉਹਨਾਂ ਦੇ ਉੱਤੇ ਜੁਰਮ ਹੋ ਜਾਂਦਾ ਕੋਈ ਉਹ ਇਹੋ ਜਿਹਾ ਕੰਮ ਕਰ ਦਿੰਦੇ ਆ ਫਿਰ ਉਸ ਤੋਂ ਬਾਅਦ ਜਿਹੜੀ ਉਹਦੀ ਬੰਦੀ ਕਾਰਵਾਈ ਕੀਤੀ ਜਾਂਦੀ ਹੈ ਫਿਰ ਅਗਰ ਗੱਲ ਕਰ ਲਈਏ ਜਦੋਂ ਇੱਕ ਕੋਈ ਇਨਸਾਨ ਆਇਆ ਜਾਂ ਕਿਸੇ ਵਿਅਕਤੀ ਨੇ ਜਿਹੜਾ ਆ ਕੋਈ ਲਾਇਸੈਂਸ ਅਪਲਾਈ ਕਰਨਾ ਕਿੰਨੇ ਕਿੰਨੇ ਪੜਾਵ ਦੇ ਵਿੱਚ ਜਿਹੜਾ ਉਹਦੀ ਵੈਰੀਫਿਕੇਸ਼ਨ ਹੁੰਦੀ ਹੈ ਪਹਿਲਾਂ ਜਦੋਂ ਵੀ ਉਹ ਆਪਣੀ ਫਾਈਲ ਲਊਗਾ ਫਾਈਲ ਲੈਣ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਸਾਡੇ ਲੋਕਲ ਐਸਐਚਓ ਜਿਸ ਏਰੀਆ ਦਾ ਐਸਐਚਓ ਖੁਦ ਪਹਿਲਾਂ ਅਫਸਰ ਆ ਵੈਰੀਫਾਈ ਕਰੂਗਾ ਐਸਐਚਓ ਤੋਂ ਬਾਅਦ ਫਿਰ ਸਾਡੇ ਉਹ ਜਿਹੜੇ ਹਲਕਾ ਅਫਸਰ ਨੇ ਏਸੀਪੀ ਸਾਹਿਬਾਨ ਉਹਨਾਂ ਦੇ ਕੋਲ ਜਾਂਦਾ ਉਸ ਤੋਂ ਹੋ ਕੇ ਫਿਰ ਮੇਰੇ ਕੋਲ ਆਉਂਦਾ ਫਿਰ ਅਸੀਂ ਆਪਣੇ ਸੀਨੀਅਰ ਅਫਸਰ ਸਾਡੇ ਕਮਿਸ਼ਨਰ ਸਾਹਿਬ ਸੀਪੀ ਸਾਹਿਬ ਉਹਨਾਂ ਨਾਲ ਡਿਸਕਸ ਕਰਕੇ ਫਿਰ ਮੇਰੇ ਦਫ਼ਤਰ ਨੂੰ ਜਿਹੜਾ ਜਾਰੀ ਜਾਂਦਾ ਜੋ ਇਹਦੇ ਵਿੱਚ ਜੋ ਨਸ਼ੇ ਨੂੰ ਲੈ ਕੇ ਉਹਦੀ ਵੀ ਕੋਈ ਮਤਲਬ ਕੋਈ ਨਾ ਕੋਈ ਮਤਲਬ ਟੈਸਟ ਵਗੈਰਾ ਕੀਤਾ ਜਾਂਦਾ ਬਿਲਕੁਲ ਜੀ ਇਹਦੇ ਜਿਹੜਾ ਪਰਫਾਰਮਾ ਉਹਦੇ ਉੱਤੇ ਬਹੁਤ ਜ਼ਿਆਦਾ ਇਹੋ ਜਿਹੇ ਸਾਰੇ ਲਿਖੇ ਆ ਪਰਫਾਰਮੇ ਦੇ ਵਿੱਚ ਡਰੋਗ ਟੈਸਟ ਆਉਂਦਾ ਅਗਰ ਕੋਈ ਬੰਦਾ ਨਸ਼ਾ ਕਰਦਾ ਤੇ ਜੇ ਡਰੋਗ ਟੈਸਟ ਫੇਲ ਹੁੰਦਾ ਬਿਲਕੁਲ ਨਹੀਂ ਹੋਊਗਾ ਉਹਦੇ ਬਾਰੇ ਸਾਰੀ ਜਾਣਕਾਰੀ ਵਿੱਚ ਭਰੀ ਜਾਂਦੀ ਆ ਕੀ ਕੰਮ ਕਰਦਾ ਕਿਉਂ ਲੈਣਾ ਚਾਹੁੰਦਾ ਇਹ ਸਾਰੀਆਂ ਜਿਹੜੀਆਂ ਰੀਜਨ ਪਾ ਕੇ ਫੇਰੀ ਦਿੱਤਾ ਜਾਂਦਾ ਬਗੈਰ ਮਤਲਬ ਤੋਂ ਨਹੀਂ ਇਦਾਂ ਦਿੱਤਾ ਜਾਂਦਾ ਤੇ ਐਸ ਵਲੇ ਦੇ ਜੋ ਐਸ ਪ੍ਰੈਸੈਂਟ ਹਾਲਾਤ ਨੇ ਗੱਲ ਕਰ ਲਈਏ ਕ੍ਰਾਈਮ ਜੋ ਆ ਕਾਫੀ ਵੱਧ ਰਿਹਾ ਤੇ ਉਹਨੂੰ ਦੇਖਦੇ ਹੋਏ ਕਿ ਹੁਣ ਜੋ ਲਾਇਸੈਂਸ ਆ ਹੁਣ ਜਾਰੀ ਕੀਤੇ ਜਾ ਰਹੇ ਆ ਜਾਂ ਹਜੇ ਕੰਮ ਬੰਦ ਪਿਆ ਨਹੀਂ ਹੁਣ ਜੋ ਗਵਰਨਮੈਂਟ ਦੀ ਗਾਈਡਲਾਈਨ ਮੁਤਾਬਕ 3 ਮਹੀਨੇ ਵਾਸਤੇ ਬਿਲਕੁਲ ਬੰਦ ਕਰ ਦਿੱਤਾ ਔਰ ਅਸੀਂ ਪਹਿਲਾਂ ਵੀ ਜਿਹੜੇ ਲਾਇਸੈਂਸ ਜਦੋਂ ਜਾਰੀ ਕਰਦੇ ਆ ਕੀ ਕਾਰਨ ਆ ਕੋਈ ਨਾ ਕੋਈ ਥ੍ਰੈਟ ਪਰਸਨ ਜਾਂ ਕੋਈ ਹਰ ਬੰਦਾ ਕਹਿੰਦਾ ਵੀ ਮੈਨੂੰ ਜ਼ਰੂਰਤ ਆ ਫੇਰੀ ਦਿੱਤਾ ਜਾਂਦਾ ਲੇਕਿਨ ਹੁਣ ਬਿਲਕੁਲ 3 ਮਹੀਨੇ ਵਾਸਤੇ ਬੰਦ ਆ ਉਸ ਤੋਂ ਬਾਅਦ ਜੋ ਗਵਰਨਮੈਂਟ ਦੀ ਗਾਈਡਲਾਈਨ ਆਊਗੀ ਉਹਦੇ ਮੁਤਾਬਕ ਹੀ ਹੋਂ ਤੱਕ ਜੋ ਆ ਕਿੰਨੇ ਟੋਟਲ ਇੱਕ ਵਾਰੀ ਫੇਰ ਮੈਂ ਚਾਹਾਂਗਾ ਕਿ ਜੋ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਕਿੰਨੇ ਟੋਟਲ ਜਿਹੜੇ ਆ ਰੱਦ ਕੀਤੇ ਗਏ ਆ ਤੇ ਕਿੰਨੇ ਦੀ ਲਿਸਟ ਹਜੇ ਪੈਂਡਿੰਗ ਆ ਦੇਖੋ ਮੇਰੇ ਕੋਲ ਹੋਂ ਤੱਕ ਮੈਂ ਜਿਹੜੇ 125 ਸਸਪੈਂਡ ਕੀਤੇ ਆ ਜਿਨ੍ਹਾਂ ਨੂੰ ਹੁਣ ਨੋਟਸ ਕੱਢ ਦਿੱਤਾ ਗਿਆ ਨੋਟਸ ਤੋਂ ਬਾਅਦ ਉਹ ਆਪਣਾ ਜਵਾਬ ਦੇਣਗੇ ਤੇ ਫਿਰ ਉਸ ਤੋਂ ਬਾਅਦ ਕੈਨਸਲ ਹੋਣਗੇ 13 ਕੈਨਸਲ ਕਰ ਚੁੱਕੇ ਆ ਤੇ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਮੇਰੇ ਕੋਲ ਆ ਰਹੇ ਪੁਲਿਸ ਸਟੇਸ਼ਨ ਤੋਂ ਜਿਨ੍ਹਾਂ ਬੰਦਿਆਂ ਦੇ ਉੱਤੇ ਕੋਈ ਐਫ ਆਈ ਆਰ ਦਰਜ ਆ ਹੋਰ ਆ ਉਹ ਹਜੇ ਸਾਡੇ ਹੋਰ ਵੀ ਆ ਰਹੇ ਨੇ ਸਾਰੇ ਵੈਰੀਫ ਜੋ ਦੋ ਤੁਸੀਂ ਦੇਖਿਆ ਸਾਡਾ ਮੌਜੂਦ ਸੀਗੇ ਅੰਮ੍ਰਿਤਸਰ ਦੇ ਐ ਡੀ ਸੀ ਪੀ ਲੋਗਾਂ ਨੇ ਆਡਰ ਪਰਮਿੰਦਰ ਸਿੰਘ ਬੰਡਾਲ ਤੇ ਉਹਨਾਂ ਵੱਲੋਂ ਜੋ ਕਿਹਾ ਗਿਆ ਕਿ ਜਿਵੇਂ ਜਿਵੇਂ ਜਿਨ੍ਹਾਂ ਨੂੰ ਮਨਾ ਕੀਤਾ ਗਿਆ ਜਾਂ ਜਿਨ੍ਹਾਂ ਦੀ ਕੈਂਸਲਿੰਗ ਜੋ ਹੋ ਗਈ ਆ ਅਗਰ ਉਸ ਤੋਂ ਬਕਾਇਤਾ ਵੀ ਜੜਾ ਕਈ ਜੋ ਵਾਈਪਰ ਰੱਖਦੇ ਜਾਂ ਨਹੀਂ ਦਿੰਦੇ ਤਾਂ ਉਹਨਾਂ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਏਗੀ ਤੇ ਜਿਨ੍ਹਾਂ ਵੱਲੋਂ ਫੋਟੋਆਂ ਅਪਲੋਡ ਕੀਤੀਆਂ ਜਾ ਰਹੀਆਂ ਪਹਿਲਾਂ 3 ਦਿਨਾਂ ਦਾ ਜੋ ਟਾਈਮ ਦਿੱਤਾ ਗਿਆ ਸੀ ਕਿ ਫੋਟੋਆਂ ਜੋ ਹੈ ਡਿਲੀਟ ਕਰ ਦੇਣ ਸਰਕਾਰ ਵੱਲੋਂ ਟਾਈਮ ਸੀਗਾ ਤੇ ਅਗਰ ਨਹੀਂ ਕੀਤੀਆਂ ਤੇ ਉਹਨਾਂ ਦੇ ਉੱਤੇ ਵੀ ਜੋ ਕਾਰਵਾਈ ਹੋ ਸਕਦੀ ਹੈ ਜਗਵਾਨੀ ਟੀਵੀ ਲਈ ਯਕਸ਼ਾ ਸੁਨਾ ਖੰਬਰੀ ਸਰ